ਆ ਬਸ ਫਲਾਰ ਹਾਂਜੀ ਹਾਂਜੀ ਕਰ ਲਿਆ ਜੀ ਵਿਸ਼ਨੂੰ ਦਰਬਾਰ ਕਾ ਤੁਮ ਸ਼੍ਰੀ ਸ਼ਿਵ ਦੰਸ ਸਰਬ ਸੰਹਾਰ ਕਾਰ ਕੇ ਤੋ ਅਮੇਸ਼ਰ ਗੁੰਤੀ ਜੋਤੀ ਰੂਪ ਸਨਾਤਨ ਪ੍ਰਾਕਿਤਿ ਪ੍ਰਾਕਿਤਿ ਅਮੇ ਤੁ ਜਮਸਤ ਮਰਤੋਂਜ ਮੇ ਕਾਲ ਕਾਲ ਜਵੰਦ ਕਾ ਵੇਦਸਤੰ ਵਿਦਵਾਨ ਵਿਸ਼ਵੰ ਗੁਰੂ ਮੰਤਰਸਤੰ ਜਪਸਤੰ ਤਪਸਤੰ ਤਤ ਫਲ ਪ੍ਰਦੰ ਭਾਗਤੰ ਭਾਗੇ ਤਤ ਕਰਤਾ ਤਤ ਗੁਰਸਤੰ ਬੁੱਧਰੰਗ ਮਸਲੇ ਸਾਡੇ ਨਾ ਜਿੰਦੇ ਉੱਪਰ ਜਿਹੜੀ ਮੋਦੀ ਜੀ ਨੇ ਵੀ ਨਜ਼ਰਸਾਨੀ ਕੀਤੀ ਹੈ ਮਤੀਆਂ ਚੀਜ਼ਾਂ ਡੋਡੀ ਕੇ ਅਸੀਂ ਪੁੱਜਣਾ ਬੁੱਲਿਆ ਅੱਜ ਉਹ ਸਮਾਂ ਹੈ ਕਿ ਅੱਜ ਕਟਰੇ ਦਾ ਉਹਨਾਂ ਦਾ ਜਿਹੜਾ ਤੋੜਾ ਐਕਸਪ੍ਰੈਸ ਵੇ ਵਿੱਚ ਪਲੰਗ ਕਰਦਾ ਹੈ ਤੇ ਤੁਸੀਂ ਸਿੱਧੇ 6-7 ਘੰਟੇ ਦਿੱਲੀ ਚੋਈ ਇਲੈਕਸ਼ਨ ਵੀ ਚੱਲ ਚੁੱਕੀ ਹੈ ਲੱਗਦਾ ਕਿ ਕਰਦਾ ਹੋਣਾ ਗੁਰਦਨ ਸਿੰਘ ਜਮਾਲ ਜੀ ਫੌਜੀ ਹੈ ਜਨਰਲ ਸਾਹਿਬ ਉਹਨੇ ਆਖਿਆ ਕਿ ਰਿਆਸੀ ਚ ਕਰਨ ਦੀ ਸਟੈਚੂ ਲਈ ਹੈ ਜੰਮੂ ਲਾਓ ਜੀ ਉਹਨੇ ਕਿਹਾ ਜੀ ਦੱਸ ਮੌਕਾ ਦਿਆ ਮੈਂ ਗੁਰਗੁਜ਼ਾਰ ਹੂੰ ਆਪ ਸਬਕਾ ਜਹਾਂ ਤੱਕ ਹਮ ਮਹਾਰਾਜਾ ਸਾਹਿਬ ਕੀ ਬਾਤ ਕਰੇ ਲੌਂਗੈਸਟ ਸਰਵਿੰਗ ਰਾਜਾ ਜੋ ਹੈ ਵੋ ਰਹੇ ਹੈ ਔਰ ਮੈਂ ਪੜ੍ਹ ਰਿਹਾ ਤਾਂ ਕਹੀਂ ਕਿ ਉਸਕਾ ਕੰਟਰੀਬਿਊਸ਼ਨ ਜੋ ਹੈ ਹਰ ਇੱਕ ਫੀਲਡ ਮੇਂ ਉਸਕਾ ਕੰਟਰੀਬਿਊਸ਼ਨ ਹੈ ਚਾਹੇ ਵੋ ਐਜੂਕੇਸ਼ਨ ਹੈ ਚਾਹੇ ਵੋ ਰੋਡ ਕੀ ਡਿਵੈਲਪਮੈਂਟ ਹੈ ਏਰੀਆ ਕੀ ਡਿਵੈਲਪਮੈਂਟ ਹੈ ਹਰ ਜਗ੍ਹਾ ਉਹਨੇ ਆਪਣੀ ਜੋ ਹੈ ਆਪਣਾ ਜੋ ਕਾਰਜ ਹੈ ਹਰ ਇੱਕ ਫੀਲਡ ਮੇਂ ਕੀਆ ਹੁਆ ਹੈ ਈਵਨ ਸਾਇੰਸ ਕਾਲਜ ਬੋਲਤੇ ਹੈ ਵੋ ਵੀ ਮਹਾਰਾਜਾ ਸਾਹਿਬ ਕੀ ਦੇਣ ਹੈ ਉਹਨੀ ਨੇ ਵੋ ਕਾਲਜ ਜੋ ਹੈ ਬਣਵਾਇਆ ਥਾ ਸਰ ਪ੍ਰਤਾਪ ਕਾਲਜ ਜੋ ਸ਼੍ਰੀਨਗਰ ਕਾ ਹੈ ਉਹ ਵੀ ਮਹਾਰਾਜਾ ਸਾਹਿਬ ਨੇ ਜੰਮੂ ਚ ਬੈਠੇ ਜਿਹੜੇ ਸਾਡੇ ਵੱਡੇ ਵੱਡੇ ਜਿਹੜੇ ਜੰਮੂ ਲਾਓ ਜੀ ਉਹਨੇ ਕਿਹਾ ਜੀ ਦੱਸ ਜਨਰਲ ਜ਼ੋਰਾਵਰ ਸਿੰਘ ਦੀ ਕਮੇਟੀ ਦੇ ਹੈੱਡ ਨੇ ਅਤੇ ਪਵਨ ਜੀ ਹੈੱਡ ਆਫ ਦੀ ਐਡਵੋਕੇਟ ਫੋਰਮ ਇੱਥੇ ਆਏ ਦੇ ਸਾਰੇ ਰਿਆਸੀ ਦੇ ਕਟਰੇ ਦੇ ਸਾਡੇ ਦੋਸਤ ਜਨਰਲ ਜ਼ੋਰਾਵਰ ਸਿੰਘ ਸਾਹਿਬ ਦੀ ਜਿਹੜੀ ਡਿਮਾਂਡ ਪੁੱਟਅਪ ਹੋਈਆਂ ਉਹਦੇ ਬਾਰੇ 'ਚ ਗੱਲਬਾਤ 'ਚ ਕਰਨੇ ਹਾਂ ਸਭ ਤੋਂ ਪਹਿਲੇ ਤਾਂ ਗੱਲ ਕਰਨੇ ਹਾਂ ਮਹਾਰਾਜਾ ਸਾਹਿਬ ਪ੍ਰਤਾਪ ਸਿੰਘ ਜੀ ਦੀ ਇਹ ਮਹਾਰਾਜਾ ਹਰੀ ਸਿੰਘ ਸਾਹਿਬ ਦੇ ਬਾਰੇ 'ਚ ਬੜਾ ਅਧਿਐਨ ਕੀਤਾ ਦਾ ਪੜ੍ਹੇ ਦਾ ਕਿਉਂਕਿ ਮੈਂ ਉਹਨੇ ਕੀ ਬੜਾ ਇੱਕ ਪਵਨ ਜੀ ਨੇ ਵੀ ਆਖਿਆ ਮੈਂ ਆਖੀ ਤੋੜਿਆ ਕਿ ਮੈਂ ਆਈ ਆਂਦਾ ਲੇਕਿਨ ਮੈਨੂੰ ਲੱਗਿਆ ਕਿ ਮੈਂ ਮਹਾਰਾਜਾ ਪ੍ਰਤਾਪ ਸਿੰਘ ਦੇ ਬਾਰੇ 'ਚ ਕੁਝ ਜ਼ਿਆਦਾ ਪਤਾ ਨਹੀਂ ਹੈ ਥੋੜ੍ਹੀ ਕੋਸ਼ਿਸ਼ ਕਰਨੀ
ਇਹ ਸ਼ੁਕਰ ਹੈ ਵਿਕੀਪੀਡੀਆ ਦਾ ਜੋ ਬੜੀ ਐਸੀ ਚੀਜ਼ਾਂ ਦੱਸੀ ਉੱਠਦਾ ਤੁਹਾਨੂੰ ਜਿਹੜੀਆਂ ਜਨਰਲੀ ਨਹੀਂ ਤਾਂ ਉਹ ਪੁਰਾਣੇ ਜ਼ਮਾਨੇ 'ਚ ਪਤਾ ਨਹੀਂ ਲੱਗਦੀਆਂ ਸੀ, ਫਿਰ ਡਾਂਟ ਵੀ ਪਈ ਜਾਂਦੀ ਸੀ ਟੀਚਰਾਂ 'ਚ। ਜਿੰਨਾ ਨੀਰਜ ਨੇ ਗੱਲ ਕੀਤੀ ਔਰ ਮਹਾਰਾਜਾ ਪ੍ਰਤਾਪ ਸਿੰਘ ਦੀ ਗ੍ਰੇਟ ਕੰਟਰੀਬਿਊਸ਼ਨ ਹੈ। ਜਿਹੜੇ ਐਸੇ ਉਤਸਵ ਮਨਾਏ ਜਾਂਦੇ ਨਾ, ਇਹ ਆਪਣੇ ਜਿਹੜੇ ਸਾਡੇ ਮੈਨੇ ਕਿ ਬਜ਼ੁਰਗ ਵੀ ਮੰਨਣਾ, ਸਾਡੇ ਮਹਾਰਾਜਾ ਸਾਹਿਬ ਵੀ ਆਏ, ਇਹਨੇ ਕੀ ਯਾਦ ਕਰਨਾ, ਇਹਨਾਂ ਦਾ ਧੰਨਵਾਦ ਕਰਨਾ ਕਿ ਅਸ ਅੱਜ ਜਿਹੜੇ ਇਸ ਡਿਵੈਲਪਮੈਂਟ ਦੇ ਟਾਈਮ ਦਿਖਾ ਰਹੇ ਹਾਂ, ਜਿਹੜੀ ਅੱਜ ਅਸੀਂ ਤਰੱਕੀ ਦਿਖਾਉਂਦੇ ਹਾਂ, ਇਹ ਉਹ ਲੋਕ ਹੈ ਜਿਹਨੇ ਨੀਂਹ ਪਾਈ ਉਸ ਡਿਵੈਲਪਮੈਂਟ ਦੀ, ਉਸ ਤਰੱਕੀ ਦੀ। ਅਤੇ ਅਗਰ ਅਸੀਂ ਨੇ ਕਿ ਭੁੱਲੀ ਆ ਕੇ, ਅਗਰ ਇਹਦਾ ਸ਼ੁਕਰ ਨਹੀਂ ਮਨਾ ਕੇ, ਤਾਂ ਫਿਰ ਕੁਦੇ ਨਾ ਕੁਦੇ ਅਸੀਂ ਨਾ ਅੱਛੇ ਬੱਚੇ ਹਾਂ ਅਤੇ ਨਾ ਅੱਛੇ ਨਾਗਰਿਕ ਹਾਂ। ਵਾਰ ਵਾਰ ਇਹਦਾ ਧੰਨਵਾਦ ਕਰਨ ਵਾਸਤੇ, ਐਸੇ ਉਤਸਵ ਮਨਾਉਣ ਵਾਸਤੇ ਲੋਕਾਂ ਕੀ ਅੱਗੇ ਆਉਣਾ ਚਾਹੀਦਾ, ਇਹਨੇ ਕੀ ਯਾਦ ਕਰਨਾ ਚਾਹੀਦਾ, ਔਰ ਇਹ ਪਲੈਜ ਲੈਣੀ ਚਾਹੀਦੀ ਕਿ ਅਸ ਸਾਰੇ ਲੋਕ ਇਹਦੇ ਦਿਖਾਏ ਹੋਏ ਰਸਤੇ, ਡਿਵੈਲਪਮੈਂਟ ਦੇ ਰਸਤੇ ਉੱਪਰ ਚੱਲ ਗਏ ਔਰ ਇਨਸ਼ੋਰ ਕਰਕੇ ਕਿ ਸਾਡੀ ਤਰੱਕੀ ਜਿਹੜੀ ਆ ਹੋਰ। ਤਾਮਿਲਨਾਡੂ ਗਏ ਦਿਓ ਕਦੇ, ਕੇਰਲਾ ਗਏ ਦਿਓ ਕਦੇ, ਉੱਥੇ ਗੱਲ ਕਰੋ ਨਾ ਜਿਲ੍ਹੇ, ਤਾਂ ਇੱਕੋ ਗੱਲ ਆ ਰਹੀ, ਆਈ ਨੋ ਓਨਲੀ ਤਮਿਲ ਔਰ ਇੰਗਲਿਸ਼। ਅਸੀਂ ਆਪਣੇ ਬੱਚੇ ਕੀ ਆਪਣੀ ਸਿਖਾਈ ਮੈਂ ਵੀ ਨਹੀਂ ਆਉਂਦੀ ਹੈ, ਲੇਕਿਨ ਮੈਂ ਟੁੱਟੀ ਫੁੱਟੀ ਬੋਲ ਹੀ ਲੈਂਦਾ, ਕੋਸ਼ਿਸ਼ ਕਰਨਾ ਹੁੰਦਾ। ਮੈਂ ਆਪਣੇ ਬੱਚੇ ਸਾਹਮਣੇ ਗੱਲ ਕਰਕੇ ਸ਼ਾਇਦ ਉਹਨੇ ਕਿ ਵੀ ਅੱਛਾ ਨਹੀਂ ਲੱਗਿਆ, ਕਿਉਂਕਿ ਅਸੀਂ ਇੱਕ ਕਲਚਰ ਬਣਾਈ ਲਿਆ ਕਿ ਇਹ ਗਰਾਈ ਹੈ ਡੋਗਰੀ ਬੋਲ, ਬਈ ਗਰਾਈ ਨਹੀਂ ਹੈ। ਅਗਰ ਗਰਾਈ ਹੈ ਤਾਂ ਅਸੀਂ ਤਾਂ ਗਰਾਈ ਹੈ, ਇਹ ਸਾਡੇ ਦੇਸ਼ ਦੀ ਭਾਸ਼ਾ ਹੈ। ਕਸ਼ਮੀਰ ਵਾਲੇ ਕਸ਼ਮੀਰੀ ਬੋਲਦੇ, ਪੰਜਾਬ ਵਾਲੇ ਪੰਜਾਬੀ ਬੋਲਦੇ, ਤਾਮਿਲਨਾਡੂ ਵਾਲੇ ਤਮਿਲ ਬੋਲਦੇ, ਕੇਰਲਾ ਕੰਨੜਾ ਕਰਨਾਟਕਾ ਜੋ ਵੀ ਹਨ ਭਾਸ਼ਾ ਉਹ ਬੋਲਦੇ, ਤਾਂ ਅਸ ਕਿਉਂ ਨਹੀਂ ਬੋਲਦੇ। ਸ਼ੁਰੂਆਤ ਕਰੋ ਡੋਗਰੀ 'ਚ, ਆਪਣੇ ਬੱਚਿਆਂ ਕਨੇ ਗੱਲ ਕਰੋ, ਆਪਣੇ ਜਿਹੜੇ ਕਲਚਰ ਕੀ ਤੁਸੀਂ ਪ੍ਰੋਟੈਕਟ ਕਰੋ, ਜਿਹੜੇ ਸਾਡੇ ਰਿਵਾਜ਼ ਨਾ ਰੀਤੀ ਨਾ ਉਹਨੇ ਕੀ ਭੁੱਲਣ ਨਹੀਂ ਦਿਓ, ਨਹੀਂ ਤਾਂ ਇੱਕ ਟਾਈਮ ਆਉਣਾ ਤੁਹਾਨੂੰ ਵੀ ਸਾਰੇ ਭੁੱਲੀ ਜਾਣਾ, ਇਹ ਯਾਦ ਰੱਖਿਓ। ਇਹ ਮਹਾਰਾਜਾ ਪ੍ਰਤਾਪ ਸਿੰਘ ਦਾ ਜਨਮ ਦਿਵਸ ਜਿਹੜਾ ਹੈ, ਸਾਡੀ ਇੱਥੇ ਦੀ ਜਨਰਲ ਜ਼ੋਰਾਵਰ ਸਿੰਘ ਮੈਮੋਰੀਅਲ ਕਮੇਟੀ ਹਰ ਸਾਲ ਅਸੀਂ ਕਈਆਂ ਵਰ੍ਹਿਆਂ ਦਾ ਅਸੀਂ ਸੈਲੀਬ੍ਰੇਟ ਕਰਦੀ ਹੈ, ਅਸੀਂ ਬੜੀ ਧੂਮਧਾਮ ਕਨੇ ਮਨਾਉਂਦੀ ਹੈ। ਤਾਂ ਉਸ ਤੋਂ ਪਹਿਲਾਂ ਕਮੇਟੀ ਦੇ ਸਾਰੇ ਮੈਂਬਰਸ ਕੀ ਆਪਣੀ ਤਰਫੇ ਦਾ, ਪੂਰੇ ਜੰਮੂ ਕਸ਼ਮੀਰ ਦੇ ਡੁੱਗਰ ਪ੍ਰਦੇਸ਼ ਦੇ ਲੋਕਾਂ ਦੀ ਤਰਫੇ ਦਾ ਇਹਨੇ ਕਿ ਬਹੁਤ ਬਹੁਤ ਵਧਾਈ ਦਿੰਦੇ ਹਾਂ ਕਿ ਇਹ ਹਰ ਸਾਲ ਬੜੇ ਐਫਰਟਸ ਲਾਈ ਹੈ ਲੋਕਾਂ ਕੀ ਇਕੱਠੇ ਕਰੀ ਔਰ ਇਸ ਪ੍ਰੋਗਰਾਮ ਕੀ ਔਰਗਨਾਈਜ਼ ਕਰਦੇ ਹਨ। ਔਰ ਇਸ ਪ੍ਰੋਗਰਾਮ ਦੇ ਬਹਾਨੇ ਅਸ ਸਾਰੇ ਜਿਹੜੇ ਡੋਗਰੇ ਦਾ ਇਤਿਹਾਸ ਹੈ ਉਸੀ ਚੇਤਾ ਕਰਨੇ ਦਾ ਔਰ ਚੇਤਾ ਕਰਾਉਣੇ ਦਾ ਮੌਕਾ ਮਿਲਦਾ ਹੈ। ਜਿਹੜਾ ਡੋਗਰਿਆਂ ਲੋਕਾਂ ਜਿਹੜਾ ਕੰਟਰੀਬਿਊਸ਼ਨ, ਜਿਹੜਾ ਡੁੱਗਰ ਪ੍ਰਦੇਸ਼ ਦੇ ਲੋਕਾਂ ਦਾ ਡੋਗਰੇ ਦਾ ਕੰਟਰੀਬਿਊਸ਼ਨ ਜੰਮੂ ਕਸ਼ਮੀਰ ਵਾਸਤੇ, ਹਿੰਦੁਸਤਾਨ ਵਾਸਤੇ, ਉਸੀ ਆਪਣੀ ਆਉਣ ਵਾਲੀ ਪੀੜ੍ਹੀ ਕੀ ਸੁਣਾਉਣੇ ਦਾ ਮੌਕਾ ਮਿਲਦਾ ਹੈ, ਪੀੜ੍ਹੀ ਕੀ ਸੁਣਨੇ ਦਾ ਮੌਕਾ ਮਿਲਦਾ ਹੈ। ਤਾਂ ਇੱਕ ਬਹੁਤ ਹੀ ਅੱਛਾ ਪਲੈਟਫਾਰਮ ਹੈ ਜਿੱਥੇ ਅਸੀਂ ਆਪਣੇ ਇਤਿਹਾਸ ਕੀ ਜ਼ਿੰਦਾ ਰੱਖਣੇ ਦਾ, ਆਪਣੀ ਡੋਗਰੀ ਭਾਸ਼ਾ ਕੀ ਜ਼ਿੰਦਾ ਰੱਖਣੇ ਦਾ, ਆਪਣੇ ਡੋਗਰੇ ਇਤਿਹਾਸ ਕੀ ਜ਼ਿੰਦਾ ਰੱਖਣੇ ਦਾ, ਆਪਣੇ ਡੋਗਰੇ ਦੀ ਜਿਹੜੀ ਬਹਾਦਰ ਜਿਹੜੇ ਸਾਡੇ ਡੋਗਰੇ ਹੁੰਦੀ ਗਾਥਾ ਗਈ ਉਹਨੀ ਗੀ ਇੱਥੇ ਸੁਣਨੇ ਦਾ ਸੁਣਾਉਣੇ ਦਾ, ਔਰ ਖਾਸ ਕਰ ਜਿਹੜੇ ਸਾਡੇ ਮਹਾਰਾਜਾ ਇਹ ਬਾਕੀ ਮਹਾਰਾਜਾ ਇਹ ਉਹਦੇ ਬਾਰੇ ਚਰਚਾ ਹੁੰਦੀ ਹੈ, ਔਰ ਖਾਸ ਕਰ ਜਿਹੜਾ ਮਹਾਰਾਜਾ ਪ੍ਰਤਾਪ ਸਿੰਘ ਜੀ ਦਾ ਜਿਹੜਾ ਰੋਲ ਇਸ ਜੰਮੂ ਕਸ਼ਮੀਰ ਵਾਸਤੇ ਰਿਹਾ, ਉਸੀ ਵਾਰ ਵਾਰ ਆਪਣੀ ਆਉਣ ਵਾਲੀ ਪੀੜ੍ਹੀ ਕੀ ਚੇਤਾ ਕਰਾਉਣੇ ਦਾ ਜਿਹੜਾ ਪਲੈਟਫਾਰਮ ਦਿੱਤੇ ਦਾ ਸਾਡੀ